ਸਾਡੇ ਨਾਲ ਚੰਡੀਗੜ੍ਹ ਤੋਂ ਪੱਤਰਕਾਰ ਅਨਮੋਲ ਗੁਲਾਟੀ ਜੁੜ ਚੁੱਕੇ ਨੇ ਜੀ ਅਨਮੋਲ ਰੌਣਕਾਂ ਲੱਗੀਆਂ ਹੋਈਆਂ ਨੇ ਫਿਰ ਚੰਡੀਗੜ੍ਹ ਦੇ ਵਿੱਚ ਵੀ ਤੇ ਰੰਗੇ ਹੋਏ ਲੋਕ ਨਜ਼ਰ ਆ ਰਹੇ ਨੇ ਹੋਲੀ ਜਿਹੜੀ ਕੀ ਹੈ ਉਹ ਹਮੇਸ਼ਾ ਸਪੈਸ਼ਲ ਹੁੰਦੀ ਹੈ ਤਾਂ ਟ੍ਰਾਈ ਸਿਟੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਲੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਇਹ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਅੱਜ ਪੂਰੇ ਜੋਸ਼ ਦੇ ਨਾਲ ਟ੍ਰਾਈ ਸਿਟੀ ਜਿਹੜੀ ਕੀ ਹੈ ਆਪਣੀ ਹੋਲੀ ਇੱਥੇ ਸੈਲੀਬ੍ਰੇਟ ਕਰਦੀ ਨਜ਼ਰ ਆ ਰਹੀ ਹੈ ਤੇ ਇਸ ਵਕਤ ਅਸੀਂ ਸਿਰਕਪੁਰ ਦੇ ਇੱਕ ਹੋਲੀ ਪਾਰਟੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਪੂਰੇ ਜੋਸ਼ ਦੇ ਨਾਲ ਪੂਰੇ ਜੋਸ਼ ਦੇ ਨਾਲ ਇੱਥੇ ਹੋਲੀ ਜਿਹੜੀ ਕੀ ਹੈ ਲੋਕਾਂ ਵੱਲੋਂ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਕੁਝ ਹੀ ਦੇਰ ਬਾਅਦ ਇੱਥੇ ਮਿਲਿੰਦ ਗਾਬਾ ਵੀ ਜਿਹੜੇ ਕਿ ਨੇ ਤੁਸੀਂ ਦੇਖ ਸਕਦੇ ਲੋਕ ਜਿਹੜੇ ਕਿ ਨੇ ਕਿੰਨੇ ਕੁ ਜ਼ਿਆਦਾ ਖੁਸ਼ੀ ਤੇ ਉਤਸ਼ਾਹ ਦੇ ਨਾਲ ਇੱਥੇ ਹੋਲੀ ਮਨਾਉਂਦੇ ਨਜ਼ਰ ਆ ਭਾਈ ਕੀ ਨਾਮ ਆਪਣਾ ਕਿੱਥੋਂ ਆਏ ਹੋ ਜੀ ਅਸੀਂ ਪਟਿਆਲੇ ਤੋਂ ਆਏ ਜੀ ਮੇਰਾ ਨਾਮ ਹੈ ਰੂਬੀ ਸੈਣੀ ਮੇਰਾ ਨਾਮ ਹੈ ਕਰਨ ਸੱਧੂ ਫੋਰਚੂਨਰ 48 ਜੀ ਅੱਜ ਇੱਥੇ ਕਿਹੋ ਜੀ ਰੌਣਕ ਕਿਹੋ ਜੀ ਮਿਲ ਰਹੀ ਹੈ ਬਹੁਤ ਵਧੀਆ ਮੇਰੇ ਸਾਊਂਡ ਤੇ ਫੁੱਲ ਆਏ ਨੇ ਸਵਾਦ ਆ ਰਿਹਾ ਹੋਲੀ ਦੀ ਬਹੁਤ ਬਹੁਤ ਮੁਬਾਰਕਾਂ ਤਾਂ ਸਾਫ ਤੌਰ ਤੇ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੀ ਹੋਲੀ ਹੈ ਉਹ ਲੋਕਾਂ ਵੱਲੋਂ ਇੱਥੇ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਯੰਗਸਟਰ ਦਾ ਤਿਉਹਾਰ ਖੁਸ਼ੀਆਂ ਦਾ ਤੇ ਰੰਗਾਂ ਦਾ ਤਿਉਹਾਰ ਇਹ ਮਨਾਇਆ ਜਾ ਰਿਹਾ ਰਿਚਾ ਅੱਜ ਕਿਸ ਤਰੀਕੇ ਦਾ ਰਿਸਪੌਂਸ ਜਿਹੜਾ ਕਿ ਇਸ ਹੋਲੀ ਫੈਸਟੀਵਲ ਨੂੰ ਮਿਲ ਰਿਹਾ ਤਾਂ ਬਿਲਕੁਲ ਦੇਖੋ ਜਿਹੜੇ ਲੋਕ ਨੇ ਇੱਕ ਪਾਸੇ ਇੰਤਜ਼ਾਰ ਚੱਲ ਰਿਹਾ ਮਿਲਿੰਦ ਗਾਬਾ ਦਾ ਤੇ ਦੂਜੇ ਪਾਸੇ ਲੋਕ ਜਿਹੜੇ ਕਿ ਨੇ ਰੰਗਾਂ ਦਾ ਤੇ ਖੁਸ਼ੀਆਂ ਦਾ ਤਿਉਹਾਰ ਜਿਹੜੇ ਕੀ ਹੈ ਉਹ ਮਨਾਉਂਦੇ ਨਜ਼ਰ ਆ ਰਹੇ ਨੇ ਕੁੜੀਆਂ ਵੱਲੋਂ ਮੁੰਡਿਆਂ ਵੱਲੋਂ ਖਾਸ ਤੌਰ ਤੇ ਜਿਹੜਾ ਕੀ ਹੈ ਇਸ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਟ੍ਰਾਈ ਸਿਟੀ ਦੇ ਇਸ ਜੋਸ਼ ਦੀ ਚੰਡੀਗੜ੍ਹ ਦੇ ਜ਼ਿਆਦਾਤਰ ਲੋਕ ਜਿਹੜੇ ਨਜ਼ਰ ਆ ਬਾਈ ਕੀ ਨਾਮ ਆਪਣਾ ਜੀ ਕਿੱਥੋਂ ਜੀ ਸਾਜਨ ਸਰਸੇ ਤੋਂ ਹਰਿਆਣਾ ਸੇ ਆਏ ਹੋ ਜੀ ਅਨਮੋਲ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ